ਤਰਨ ਤਾਰਨ ਦੇ ਪਿੰਡ ਚੌਧਰੀਵਾਲ ਦੇ ਸਧਾਰਨ ਕਿਸਾਨ ਪਰਿਵਾਰ ਦੇ ਪੁੱਤਰ ਆਦੇਸ਼ ਪ੍ਰਤਾਪ ਸਿੰਘ ਪੰਨੂ ਦੀ ਭਾਰਤੀ ਹਵਾਈ ਫੌਜ ਵਿੱਚ ਫਲਾਇੰਗ ਅਫਸਰ ਵਜੋਂ ਨਿਯੁਕਤੀ ਹੋਈ ਹੈ ਜੋ ਕਿ ਪਿੰਡਾਂ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਆਦੇਸ਼ ਪ੍ਰਤਾਪ ਸਿੰਘ ਪੰਨੂ ਦੀ ਭਾਰਤੀ ਫੌਜ ਵਿੱਚ ਫਲਾਇੰਗ ਅਫਸਰ ਵਜੋਂ ਹੋਈ ਨਿਯੁਕਤੀ ਦੇ ਕਰਕੇ ਉਸਦਾ ਪਰਿਵਾਰ ਖੁਸ਼ੀ ਦੇ ਮਾਰੇ ਫੁੱਲੇ ਨਹੀਂ ਸਮਾ ਰਿਹਾ ਹੈ। ਪਰਿਵਾਰਕ ਮੈਂਬਰਾਂ ਵੱਲੋਂ ਆਦੇਸ਼ ਪ੍ਰਤਾਪ ਸਿੰਘ ਦੀ ਨਿਯੁਕਤੀ ਦੀ ਖਬਰ ਮਿਲਣ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਆਦੇਸ਼ ਪ੍ਰਤਾਪ ਸਿੰਘ ਪੰਨੂ ਨੇ ਮੁੱਢਲੀ ਸਿੱਖਿਆ ਮੈਟ੍ਰਿਕ ਤੱਕ ਸੈਂਟ ਫ੍ਰਾਂਸਿਸ ਕਾਨਵੈਂਟ ਸਕੂਲ ਤਰਨਤਾਰਨ ਤੋਂ ਹਾਸਲ ਕੀਤੀ ਅਤੇ ਬਾਅਦ ਵਿੱਚ ਪਲੱਸ 1 ਤੇ 2 ਨਿਸ਼ਾਨੇ ਸਿੱਖੀ ਇੰਸਟੀਚਿਊਟ ਖਡੂਰ ਸਾਹਿਬ ਤੋਂ ਕਰਨ ਤੋਂ ਬਾਅਦ ਨਾਲ NDA ਦੀ ਕੋਚਿੰਗ ਹਾਸਲ ਕੀਤੀ। NDA ਦਾ ਟੈਸਟ ਪਾਸ ਕਰਨ ਤੋਂ ਬਾਅਦ ਭਾਰਤੀ ਫੌਜ ਵਿੱਚ ਉਸਨੇ ਆਪਣੀ ਜਗ੍ਹਾ ਬਣਾਈ ਹੈ। ਨਿਸ਼ਾਨੇ ਸਿੱਖੀ ਇੰਸਟੀਚਿਊਟ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਵੱਲੋਂ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇਣ ਦੇ ਮੰਤਵ ਨਾਲ ਸਥਾਪਿਤ ਕੀਤਾ ਗਿਆ ਸੀ, ਜਿੱਥੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ NDA, IAS ਤੇ IPS ਤੇ ਹੋਰ ਵੱਡੇ ਦਾਖਲਿਆਂ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਹੈ ਕਿ ਆਦੇਸ਼ ਪ੍ਰਤਾਪ ਸਿੰਘ ਪੰਨੂ ਦੀ ਇਸ ਪ੍ਰਾਪਤੀ ਤੇ ਉਹਨਾਂ ਨੂੰ ਮਾਣ ਹੈ। ਛੋਟਾ ਹੁੰਦਾ ਜਦੋਂ ਪੁੱਛੀਦਾ ਸੀ ਤਾਂ ਉਦੋਂ ਮਤਲਬ ਉਂਝ ਹੀ ਕਹਿ ਦਿੰਦਾ ਸੀ ਮੈਂ ਪਾਇਲਟ ਬਣਨਾ। ਉਦੋਂ ਉਹਨੂੰ ਉਹਦੇ ਬਾਰੇ ਕੁਝ ਪਤਾ ਨਹੀਂ ਸੀਗਾ। ਵੈਸੇ ਉਹਨੂੰ ਮਤਲਬ ਸ਼ੌਂਕ ਸੀਗਾ ਵੀ ਮੈਂ ਪਾਇਲਟ ਬਣਨਾ, ਪਰ ਬਾਅਦ ਵਿੱਚ ਮਤਲਬ ਉਹਨੇ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਉਹ ਸੈਂਟ ਫ੍ਰਾਂਸਿਸ ਸਕੂਲ ਤਰਨ ਤਾਰਨ ਤੋਂ ਕੀਤੀ। ਉਸ ਤੋਂ ਬਾਅਦ ਉਹਨੇ ਪਲੱਸ 1 ਜਿਹੜਾ ਵਾ ਉਹ ਖਡੂਰ ਸਾਹਿਬ ਜਿਹੜਾ ਇੰਸਟੀਚਿਊਟ ਹੈ ਨਾ ਬਾਬਾ ਸੇਵਾ ਸਿੰਘ ਜੀ ਉਹਨਾਂ ਨੇ ਖੋਲਿਆ ਪੇਂਡੂ ਇਲਾਕੇ ਦੇ ਵਿੱਚ, ਨਿਸ਼ਾਨੇ ਸਿੱਖੀ ਇੰਸਟੀਚਿਊਟ ਪ੍ਰੈਪਰੇਟਰੀ ਇੰਸਟੀਚਿਊਟ ਆ NDA ਦੀ ਟ੍ਰੇਨਿੰਗ ਵਾਸਤੇ। ਅਤੇ ਉੱਥੇ ਉਹਨੇ ਕੋਚਿੰਗ ਲਈ ਅਤੇ ਨਾਲ ਹੀ ਉਹਨਾਂ ਨੇ ਪਲੱਸ 1 ਪਲੱਸ 2 ਉੱਥੋਂ ਕਰਵਾਈ ਉਹਨਾਂ ਨੇ। ਉੱਥੇ ਦਾ ਸਟਾਫ ਅਤੇ ਉਹ ਸਾਰਾ ਮਤਲਬ ਮਾਹੌਲ ਹੀ ਇਸ ਤਰ੍ਹਾਂ ਦਾ ਸੀ ਵੀ ਉਹਦੇ ਅੰਦਰ ਇੱਕ ਹੋਰ ਮੋਟੀਵੇਸ਼ਨ ਹੋ ਗਈ ਵੀ ਮੈਂ ਕਰਨਾ ਹੀ ਕਰਨਾ। ਵੀ ਉਹਨਾਂ ਨੇ SSB ਦੀ ਤਿਆਰੀ ਕਰਾਈ, ਟੈਸਟ ਮਤਲਬ ਕੋਚਿੰਗ ਟੈਸਟ ਵਾਸਤੇ ਦਿੱਤੀ। ਅਤੇ ਉੱਥੇ ਉਹਨੇ ਜੂਨ 2017 ਦੇ ਵਿੱਚ ਫਸਟ ਅਟੈਂਪਟ ਦੇ ਵਿੱਚ ਹੀ ਆਪਣਾ ਜਿਹੜਾ NDA ਦਾ ਟੈਸਟ ਕਲੀਅਰ ਕਰ ਲਿਆ। ਫਸਟ ਅਟੈਂਪਟ 'ਚ ਹੀ ਉਹਨੇ SSB ਕਲੀਅਰ ਕਰ ਲਈ ਅਤੇ ਫਿਰ ਜੂਨ 2017 'ਚ ਖੜਕਵਾਸਲਾ NDA ਪੂਨੇ ਵਿਖੇ ਪਹੁੰਚ ਗਏ। ਇਹ ਤਾਂ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਵੀ ਅਸੀਂ ਅੱਜ ਉਹਦਾ ਨਾਂ ਨਾਲ ਜਾਣੇ ਜਾ ਰਹੇ ਹਾਂ। ਪਹਿਲਾਂ ਉਹ ਮਤਲਬ ਉਹਨੂੰ ਸਾਡੀ ਆਈਡੈਂਟੀ ਲੈਣੀ ਪੈਂਦੀ ਸੀ ਵੀ ਮੈਂ ਉਹਨਾਂ ਦਾ ਬੱਚਾ, ਪਰ ਅੱਜ ਸਾਨੂੰ ਮਤਲਬ ਇਹ ਮਾਣ ਹੈ ਵੀ ਅਸੀਂ ਉਹਦੇ ਮਾਤਾ ਪਿਤਾ ਹਾਂ। ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ, ਗੁਰੂ ਅਮਰਦਾਸ ਜੀ ਦੇ ਬਹੁਤ ਮਤਲਬ ਉਹਨਾਂ ਨੂੰ ਉਹਨੂੰ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਛ ਮਿਲਿਆ ਖਡੂਰ ਸਾਹਿਬ ਤੋਂ। ਸਾਡੀ ਵੀ ਉੱਥੇ ਮਤਲਬ ਇਹੋ ਅਰਦਾਸ ਹੁੰਦੀ ਸੀ ਵੀ ਪਰਮਾਤਮਾ ਨੂੰ ਬੁਲੰਦੀਆਂ 'ਤੇ ਬਚਾਵੇ, ਅਤੇ ਗੁਰੂ ਅਮਰਦਾਸ ਜੀ ਨੇ ਬਹੁਤ ਕਿਰਪਾ ਕੀਤੀ ਵੀ ਉਹ ਇਸ ਮੁਕਾਮ 'ਤੇ ਪਹੁੰਚਿਆ, ਪਰਮਾਤਮਾ ਨੂੰ ਹੋਰ ਤਰੱਕੀ ਬਖਸ਼ੇ। ਮੈਂ ਕਿਹਾ ਜੀ ਓਨੀਆਂ ਖੁਸ਼ੀਆਂ ਪਰਮਾਤਮਾ ਹਰੇਕ ਘਰ ਨੂੰ ਦੇਵੇ ਜਿੰਨੀਆਂ ਹੁਣ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਸਾਰੇ ਇਲਾਕੇ ਨੂੰ ਹੋ ਰਹੀ ਹੈ, ਭੈਣ ਭਰਾਵਾਂ ਨੂੰ ਹੋ ਰਹੀ ਹੈ, ਸਾਡੇ ਮਤਲਬ ਨਸ਼ਹਿਰਾ ਪੰਨੂਆਂ ਯਾਨੀ ਕਿ ਸਾਰੇ ਹਲਕੇ ਨੂੰ ਮਹਿਸੂਸ ਖੁਸ਼ੀ ਹੋ ਰਹੀ ਹੈ ਜੀ। ਕੋਈ ਮਤਲਬ ਖੁਸ਼ੀ ਇਹ ਅਹਿਸਾਸ ਨਹੀਂ ਕਰ ਸਕਦੇ ਵੀ ਇੰਨੀ ਅੰਦਰ ਸਾਨੂੰ ਖੁਸ਼ੀ ਹੈ ਸਾਡਾ ਬੱਚਾ ਇੰਨੀਆਂ ਬੁਲੰਦੀਆਂ 'ਤੇ ਪਹੁੰਚਿਆ। ਹਾਂਜੀ ਮੇਰਾ ਭਤੀਜਾ ਸੀਗਾ ਜੀ, ਮੇਰਾ ਨਾਮ ਸੁਖਮਿੰਦਰ ਸਿੰਘ ਹੈ ਜੀ। ਹਾਂਜੀ ਹਾਂ ਪੜ੍ਹਾਈ ਦਾ ਬਹੁਤ ਸ਼ੌਂਕ ਸੀਗਾ ਜੀ, ਬਹੁਤ ਹੀ ਮਤਲਬ ਨਾਈਸ ਬੱਚਾ ਸਾਡਾ ਜੀ, ਕਦੀ ਉਹਦੇ ਮਨ 'ਤੇ ਗੁੱਸਾ ਨਹੀਂ ਦੇਖਿਆ। ਜਦੋਂ ਵੀ ਉਹਨੂੰ ਕਿਤੇ ਕੋਈ ਕਹਿਣਾ ਵੀ ਬੁਲਾਉਣਾ ਦੇਸ਼ ਅਤੇ ਖੁਸ਼ੀ ਮਹਿਸੂਸ ਕਰ ਸਾਨੂੰ ਹੁੰਦੀ ਸੀਗੀ ਕਿ ਸਾਡਾ ਬੱਚਾ ਕੋਈ ਗਲਤ ਲਾਈਨ ਦੇ ਵਿੱਚ ਨਹੀਂ ਪਿਆ, ਮਤਲਬ ਬਹੁਤ ਹੀ ਅੱਛਾ ਲੜਕਾ। ਮੇਰਾ ਨਾਂ ਹਰਸ਼ਦੀਪ ਕੌਰ ਆ, ਆਦੇਸ਼ ਪ੍ਰਕਾਸ਼ ਜੀ ਮੇਰੇ ਵੱਡੇ ਵੀਰ ਜੀ ਸਨ, ਅਤੇ ਉਹ ਅੱਜ ਉਹਨਾਂ ਨੂੰ ਏਡੇ ਵੱਡੇ ਮੁਕਾਮ 'ਤੇ ਵੇਖ ਕੇ ਸਾਡੀ ਜਿਹੜੇ ਪੜ੍ਹਾਈ ਕਰ ਰਹੇ ਆ ਬਾਕੀ ਮੇਰੇ ਭੈਣ ਭਰਾ ਅਤੇ ਹੋਰ ਵੀ ਸਾਡੀ ਜਨਰੇਸ਼ਨ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਇੱਕ ਹੌਸਲਾ ਅਫਜਾਈ ਆ ਕਿ ਅਸੀਂ ਵੀ ਹੋਰ ਮਿਹਨਤ ਕਰਕੇ ਹੋਰ ਵੱਡੇ ਮੁਕਾਮ ਤੱਕ ਪਹੁੰਚ ਸਕਦੇ। ਸ਼ਬਦ ਹੀ ਨਹੀਂ ਹੈਗੇ ਬਿਆਨ ਕਰਨ ਲਈ, ਵਾਹਿਗੁਰੂ ਜੀ ਦਾ ਬਹੁਤ ਸ਼ੁਕਰ ਆ ਉਹਨਾਂ ਨੇ ਇੰਨੀ ਵਡਿਆਈ ਬਖਸ਼ੀ ਸਾਨੂੰ। ਤੁਹਾਨੂੰ ਦੱਸ ਦਈਏ ਕਿ ਆਦੇਸ਼ ਪ੍ਰਤਾਪ ਸਿੰਘ ਪੰਨੂ ਦੀ ਇਸ ਉਪਲਬਧੀ ਤੋਂ ਬਾਅਦ ਸਮੁੱਚਾ ਪੰਜਾਬ ਵੀ ਉਸ 'ਤੇ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਤਰਨ ਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।